ਪ੍ਰਸ਼ਾਸਨ ਨੂੰ ਚਾਹੀਦਾ ਸੀ ਵੀ ਜਿਵੇਂ ਅਸੀਂ ਚਲੇ ਜਾਂਦੇ ਹੁਣ ਕੋਈ ਗੱਲਬਾਤ ਹੋ ਜਾਂਦੀ ਆ ਜਾਂ ਆਪਾਂ ਆਪਣੇ ਕੋਈ ਮਸਲਾ ਹੋ ਜਾਂਦਾ ਪਰ ਮੰਨ ਲਓ ਵੀ ਦਰਬਾਰ ਸਾਹਿਬ 6 ਜੂਨ ਨੂੰ ਸਿੰਘਾਂ ਨੇ ਜਾਣਾ ਹੁੰਦਾ ਹਾਂਜੀ ਪ੍ਰਸ਼ਾਸਨ ਸਾਨੂੰ ਘਰ 'ਚ ਨਜ਼ਰਬੰਦ ਕਰ ਦਿੰਦਾ ਹਾਂਜੀ ਸਾਨੂੰ ਘਰ 'ਚ ਨਜ਼ਰਬੰਦ ਕਰ ਦਿੰਦਾ ਵੀ ਨਿਕਲਣਾ ਘਰ ਦੇ ਵਿੱਚੋਂ ਤਾਂ ਮਾਹੌਲ ਖਰਾਬ ਨਾ ਹੋਵੇ ਹਾਂਜੀ ਅੱਜ ਵੀ ਤਾਂ ਪ੍ਰਸ਼ਾਸਨ ਨੂੰ ਤਾਂ ਘਰ ਦੇ ਵਿੱਚ ਬੰਦ ਕਰ ਸਕਦਾ ਸੀ ਕਿ ਨਹੀਂ ਬਣ ਸਕਦਾ ਹਾਂਜੀ ਪਹਿਲੀ ਗਲਤੀ ਤਾਂ ਜਿਹੜੀ ਆ ਆਹ ਬਣਦੀ ਹੈ ਪ੍ਰਸ਼ਾਸਨ ਦੀ ਨਜ਼ਰਬੰਦ ਕਰੋ ਘਰ ਦੇ ਵਿੱਚ ਉਹਨਾਂ ਨੂੰ अपने सिंह चले गए मंदिर वाले पास चले गए हम इस बजा बजा गए कि गल सुन मेरी गल इंपैक्ट सुनी हूँ इंपैक्ट की है हाँ जी बाबा जी डूंगी सोच में भी पहले चलिया करो जो ਤੁਹਾਡਾ ਪ੍ਰੈਸ਼ਰ ਇੱਥੇ ਬੈਠਿਆਂ ਦਾ ਬਣਦਾ ਵੈ ਕਿਉਂਕਿ ਐਸਐਸਪੀ ਨਾਲ ਸਾਡਾ ਵਚਨ ਹੋਇਆ ਹਾਂਜੀ ਕੀ ਵਚਨ ਹੋਇਆ ਸੀ ਇਹੀ ਵਚਨ ਕੀਤਾ ਸੀ ਨਾ ਆਪਾਂ ਵੀਡੀਓ ਚ ਇਹ ਗੱਲ ਕੀਤੀ ਨਹੀਂ ਹਾਂਜੀ ਵੀ ਮੰਦਰ ਜਾ ਘੇਰਨਾ ਹਾਂਜੀ ਕਿਹਾ ਸੀ ਅਸੀਂ ਦੋ ਗੁਰਮਾ ਸਾਹਿਬ ਬੈਠਣਾ ਹਾਂਜੀ ਬਾਬਾ ਜੋ ਮਾਰਚ ਕੱਢਣਗੇ ਹਾਂਜੀ ਤੇ ਅਸੀਂ ਜਿੱਦਾਂ ਸਾਨੂੰ ਕੋਈ ਰੋਕਣ ਵਾਲਾ ਨਹੀਂ ਟੋਕਣ ਜਿੱਥੇ ਦੇ ਕਰਕੇ ਤੁਰ ਪੈਣਾ ਠੀਕ ਹੈ ਜੀ ਹੁਣ ਮਾਰਚ ਨਹੀਂ ਨਿਕਲਿਆ ਵੀ ਕੋਈ ਸੋਸ਼ਲ ਮੀਡੀਆ ਤੋਂ 1 ਮਿੰਟ ਦੀ ਅੱਧੇ ਮਿੰਟ ਦੀ ਵੀਡੀਓ ਛੱਡ ਦਿਓ ਕੋਈ ਪ੍ਰੋਪਰ ਵੀਡੀਓ ਹੈਗੀ ਵੀ ਹਾਂ ਚਲੋ ਇੱਥੇ ਮਾਰਚ ਕੱਢਿਆ ਇੱਥੇ ਤੁਰੇ ਨੇ ਆਪਣੇ ਘਰ ਦੇ ਵਿੱਚ ਕੋਈ ਕਰ ਸਕਦਾ ਕੁਛ ਕਰ ਸਕਦਾ ਨਹੀਂ ਕਰ ਸਕਦਾ ਘਰ ਦੇ ਵਿੱਚ ਕਰਨਾ ਹਾਂਜੀ ਹਾਂਜੀ ਗੱਲ ਇਹ ਸੀ ਵੀ ਜਿਹੜਾ ਪਟਿਆਲੇ ਸ਼ਹਿਰ ਦੇ ਵਿੱਚ ਹਾਂਜੀ ਬਾਬਾ ਜੀ ਉਹ ਕਹਿੰਦੇ ਵੀ ਅਸੀਂ ਮਾਰਚ ਕੱਢਣਾ ਸ਼ਹਿਰ ਦੇ ਵਿੱਚ ਮਾਰਚ ਕੱਢਣਾ ਆਪਣੀ ਦੋ ਜ਼ਬਾਨ ਸੀ ਨਾ ਹਾਂਜੀ ਬਾਬਾ ਤੇ ਐਸਐਸਪੀ ਨਾਲ ਕੀ ਗੱਲ ਹੋਈ ਸੀ ਐਸਐਸਪੀ ਨਾਲ ਗੱਲ ਹੋਈ ਸੀ ਵੀ ਜੇ ਉਹ ਮਾਰਚ ਤੁਸੀਂ ਰੋਕ ਦਿੰਦੇ ਹੋ ਕਿ ਸਾਡਾ ਵਜਨ ਹੈ ਵੀ ਸਾਡਾ ਕੋਈ ਵੀ ਸਿੱਖ ਗੁਰਦੁਆਰਾ ਤੋਂ ਬਾਹਰ ਨਹੀਂ ਆਏਗਾ ਠੀਕ ਹੈ ਕੱਟ ਹੀ ਕਰਾਂਗੇ ਠੀਕ ਹੈ ਇਹ ਬਲ ਆਪਾਂ ਪਹਿਲੇ ਦਿਨ ਹੀ ਕਹਿਤੇ ਸੀ ਵੀ ਅਸੀਂ ਇਹ ਵਿਸਲੇ ਨਹੀਂ ਰਹਿਣਾ ਅਸੀਂ ਢਿੱਲੇ ਨਹੀਂ ਰਹਿਣਾ ਅਸੀਂ ਇਕੱਠ ਆਪਣਾ ਕਰਨਾ ਹੀ ਕਰਨਾ ਹੁਣ ਜਿਹੜੇ ਸਿੰਘ ਚਲੇ ਗਏ ਉਹ ਗਲਤ ਨਹੀਂ ਹੈਗੇ ਠੀਕ ਹੈ ਆਪਣੇ ਨੇ ਚਲੇ ਗਏ ਹੁਣ ਪਿੱਛੋਂ ਲਾਲਾ 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 ਕਰਦੇ ਆਪਣੇ ਸਾਰੇ ਇਹਨਾਂ ਸਿੰਘਾਂ ਨੂੰ ਲੈ ਜਾਂਦੇ ਉੱਥੇ ਤੇ ਭੇੜ ਕਿਹਦੇ ਨਾਲ ਸੀ ਉਹ ਤੇ ਵੜ ਗਏ ਸੀ ਨਾ ਅੰਦਰ ਹਾਂਜੀ ਉਹ ਵੜ ਗਏ ਸੀ ਹਾਂਜੀ ਹਾਂਜੀ ਉਹ ਤਾਂ ਅੰਦਰ ਵੜੇ ਹੋਏ ਨੇ ਖੁੱਡਾਂ 'ਚ ਵੜੇ ਨੇ ਅੰਦਰ ਇੱਟਾਂ ਮਾਰ ਲਈਆਂ ਉਹਨਾਂ ਨੇ ਬਾਹਰ ਤੇ ਕੋਈ ਨਹੀਂ ਆਇਆ ਹਾਂਜੀ ਬਾਹਰ ਕੌਣ ਹੈ ਸਿੰਘ ਹਾਂਜੀ ਤੇ ਲਾਲਾ ਲਾਲਾ ਕਰਦੇ ਪਿੱਛੇ ਆਪੇ ਹੀ ਆ 300-400 ਸਿੰਘ ਆ ਪਿੱਛੇ ਪਿੱਛੇ ਭੇਜ ਦਿੰਦੇ ਆਪਾਂ ਤੇ ਲੜਾਈ ਕਿਹਦੇ ਨਾਲ ਸੀ ਹੋਣੀ ਪੁਲਿਸ ਨਾਲ ਕਿ ਪੁਲਿਸ ਨਾਲ ਪ੍ਰਸ਼ਾਸਨ ਨਾਲ ਹੀ ਪ੍ਰਸ਼ਾਸਨ ਹੋਣੀ ਸੀ ਨਾ ਕਿ ਸਾਡੀ ਲੜਾਈ ਪ੍ਰਸ਼ਾਸਨ ਨਾਲ ਸੀ ਅੱਜ ਨਹੀਂ ਸਾਡਾ ਪ੍ਰੈਸ਼ਰ ਪ੍ਰਸ਼ਾਸਨ ਤੇ ਇਦਾਂ ਪੈਣਾ ਚਾਹੀਦਾ ਸੀ ਪ੍ਰਸ਼ਾਸਨ ਆਪ ਨੇ ਜ਼ਿੰਮੇਵਾਰ ਨਾਲ ਆਪ ਨਾਲ ਰੋਕੇ ਪ੍ਰਸ਼ਾਸਨ ਦੀ ਕਿਤੇ ਕਿਤੇ ਖਤਾਈ ਹੈਗੀ ਆ ਹਾਂਜੀ ਉਹਨਾਂ ਨੇ ਘਰੋਂ ਕਿਉਂ ਨਿਕਲ ਦਿੱਤਾ ਹਾਂਜੀ ਘਰੋਂ ਨਿਕਲ ਦੇਣਾ ਤੇ ਅਸੀਂ ਵੀ ਇੱਥੇ ਬੈਠੇ ਰਹਿੰਦੇ ਅਸੀਂ ਵੀ ਕਿਸੇ ਪਾਸੇ ਜਾਂਦੇ ਹੁਣ ਜਦੋਂ ਸੇ ਇਕੱਠੇ ਹੋ ਜਾਂਦੇ ਨੇ ਫਿਰ ਕਿਸੇ ਰੋਕੇ ਨਹੀਂ ਜਾ ਸਕਦਾ ਕਿਸੇ ਦਾ ਜੋ ਦਿਲ ਕਰਦਾ ਉਹ ਕਰਦੇ ਨੇ ਆਪਣਾ ਪਰ ਅਸੀਂ ਤੇ ਆਪਣਾ ਵਚਨ ਪਕਾਇਆ ਇੱਥੇ ਬੈਠੇ ਹਾਂ ਵੀ ਜੇ ਮਾਰਚ ਨਿਕਲੇਗਾ ਤੇ ਕੂਰਾਂਗੇ ਨਹੀਂ ਨਿਕਲੇ ਤੇ ਬੈਠੇ ਤੇ ਬੈਠੇ ਹਾਂ ਹੁਣ ਸਿੰਘ ਆਪਣੇ ਚਲੇ ਗਏ ਆਪਾਂ ਉੱਥੇ ਨਾ ਵੇਖੀਏ ਵੀ ਸਾਡਾ ਕਿਸੇ ਹਿੰਦੂ ਨਾਲ ਲੜਾਈ ਨਹੀਂ ਅੱਜ ਸਾਡੀ ਲੜਾਈ ਸ਼ਿਵ ਸੈਨਾ ਨਾਲ ਠੀਕ ਹੈ ਜੀ ਲੜਾਈ ਸੀਗੀ ਉਹਨਾਂ ਨੇ ਪ੍ਰਬੰਧ ਕਿੱਥੇ ਕੀਤਾ ਸੀ ਮੰਦਰ 'ਚ ਵੜ ਗਏ ਮੰਦਰ 'ਚ ਕੀ ਹੋ ਗਈ ਟੁੱਟ ਭੱਜ ਹੋ ਗਈ ਹੁਣ ਦੂਰ ਅੰਦੇਸ਼ੀ ਦੀ ਗੱਲ ਸੋਚੋ ਤੁਸੀਂ ਕਿਤੇ ਸਾਰੇ ਬੈਠੇ ਹੋ ਮੈਨੂੰ ਦੋਸ਼ ਦਿਓਗੇ ਸਾਰੇ ਮੈਨੂੰ ਸਾਰੇ ਦੋਸ਼ ਦੇਣਗੇ ਇਸ ਗੱਲ 'ਤੇ ਹੁਣ ਮੰਦਰ ਦੇ ਵਿੱਚ ਟੁੱਟ ਭੱਜ ਹੋ ਗਈ ਤੇ ਜੇ ਮੰਦਰ ਵਿੱਚ ਟੁੱਟ ਭੱਜ ਦੀ ਖਬਰ ਹੁਣ ਪੂਰੀ ਇੰਡੀਆ 'ਚ ਚੱਲੇਗੀ ਵੀ ਸਿੱਖਾਂ ਨੇ ਮੰਦਰ 'ਤੇ ਹਮਲਾ ਕਰਤਾ ਇਸ ਹਮਲੇ ਦਾ ਪ੍ਰਭਾਵ ਸਾਡੇ ਬਾਹਰਲੇ ਸਟੇਟਾਂ ਵਾਸਤੇ ਵਸਣ ਵਾਲੇ ਸਿੱਖਾਂ 'ਤੇ ਕੀ ਪੈਣਾ ਉਹਦਾ ਪ੍ਰਭਾਵ ਤਾਂ ਬਹੁਤ ਗਲਤ ਪੈਣਾ ਹੀ ਉਹਦਾ ਸੋਚਿਆ ਆਪਾਂ ਨਹੀਂ ਸੋਚਿਆ ਨਾ ਨਹੀਂ ਉਹ ਤਾਂ ਹੈਗਾ ਨਹੀਂ ਗੱਲ ਉਹੀ ਹੋ ਗਈ ਨਾ ਵੀ ਜਦੋਂ ਬੇਨਤੀ ਕੀਤੀ ਆ ਹੁਣ ਤੁਸੀਂ ਕਹਿੰਦੇ ਵੀ ਬੇਨਤੀ ਆਪਾਂ ਤਾਂ ਇਹ ਬੇਨਤੀ ਕੀਤੀ ਸੀ ਨਾ ਇੱਥੇ ਹਾਂਜੀ ਸੰਗਤ ਜੀ ਬਹਿ ਜਾਓ ਕੋਈ ਗੱਲਬਾਤ ਨਹੀਂ ਹੋਈ ਇੱਦਾਂ ਦੀ ਠੀਕ ਹੈ ਇੱਥੇ ਇੱਕ ਸ਼ਰਾਰਤੀ ਅੰਸਰ ਆਇਆ ਉਹਨੇ ਕਿਹਾ ਵੀ ਇੱਦਾਂ ਹੋ ਗਿਆ ਇਹ ਕਿਹਾ ਜੀ ਬਾਅਦ 'ਚ ਲੱਭਿਆ ਬੰਦਾ ਉਹ ਆਇਆ ਉਹ ਲਾਲਾ ਲਾਲਾ ਮੈਂ ਇੱਥੇ ਆ ਨਹੀਂ ਸੀ ਮੈਂ ਦਸਤਾਰ 5 ਮਿੰਟ ਕਹਿ ਗਿਆ ਸੀ ਵੀ ਦਸਤਾਰ ਸਜਾਲਾ ਮੈਂ ਗਿਆ ਤੇ 5 ਮਿੰਟਾਂ 'ਚ ਬਾਅਦ ਜਾ ਕੇ ਵੇਖਿਆ ਵੀ ਇੱਥੇ ਤੇ ਸੰਗਤ ਜਿੱਦੀ ਰਹਿ ਗਈ ਹੈ ਗਾੜਾ ਵੀ ਬੰਨਿਆ ਸੀ ਆਪਣਾ ਗਾੜਾ ਵੀ ਬੰਨ ਕੇ ਲਿਆਂਦਾ ਸੀ ਵੀ ਤੇਰੀ ਕਿਹਨੂੰ
ਮੈਂ ਜਦੋਂ ਇੱਥੇ ਆ ਕੇ ਫਤਿਹ ਬੁਲਾਈ ਤਾਂ ਵੀ ਪਛਾਣ ਨਹੀਂ ਆਈ, ਜਦੋਂ ਮੈਂ ਰੁਮਾਲ ਲਾਇਆ ਮੂੰਹ ਤੋਂ ਫਿਰ ਆ ਵੀ ਹਾਂ ਮੈਂ ਫਿਰ ਬੈਠੇ ਨਹੀਂ ਆ ਪੌਣਾ ਘੰਟਾ। ਸੋ ਇਸ ਕਰਕੇ ਇਹ ਕੌਲ ਇਕੱਲੀ ਪਰਵਾਨੇ ਦੀ ਨਹੀਂ ਸੀ, ਇਹ ਕੌਲ ਪੰਥ ਦੀ ਆ, ਉਹ ਸ਼ਬਦ ਦੀ ਆ ਜਿਹੜੇ ਸਾਡੇ ਧਾਰਮਿਕ ਭਾਵਨਾਵਾਂ ਦੀ ਤਰਜਮਾਨੀ ਕਰਦਾ। ਪਰ ਫਿਰ ਵੀ ਹੁਣ ਦੇਖੋ ਆਹ ਬੈਠੇ 200-300-400 ਸਿੰਘ, ਹੁਣ ਆਪਾਂ ਇਹਨਾਂ ਨੂੰ ਆਪ ਸਵੇਰ ਦੇ ਬੈਠੇ ਨੇ, ਇਹ ਤਾਂ ਹੀ ਬੈਠੇ ਨੇ 300-400, ਜੇ ਕੋਈ ਗੱਲ ਸਮਝ ਆਉਂਦੀ ਵੀ ਇਹਨਾਂ ਨੂੰ। ਇਹ ਤਾਂ ਨਹੀਂ ਹੈ ਵੀ ਮੈਂ ਕਿਸੇ ਨੂੰ ਬੰਨ ਲਿਆ ਜਾਂ ਮੈਂ ਕਿਸੇ 'ਤੇ ਟੂਣਾ ਕਰਤਾ, ਆਹ ਵੀਰ ਵੀ ਬੈਠਾ, ਤੁਹਾਡੀ ਵੀ ਭਾਵਨਾ ਇਹੀ ਸੀ, ਸਾਡੀ ਵਿਚਾਰ ਹੋਈ, ਪਰਵਾਨਾ ਜੀ ਸੰਗਤ ਜਿਹੜੀ ਉੱਥੇ ਬੈਠੀ ਹੈ ਉਹਨਾਂ 'ਚ ਰੋਸ ਹੈ, ਉਹ ਕਹਿੰਦੇ ਕਿ ਪਰਵਾਨਾ ਜੀ ਨੇ ਆਪ ਕੌਲ ਦਿੱਤੀ, ਜਦੋਂ ਮਾਹੌਲ ਖਰਾਬ ਹੋਇਆ ਫਿਰ ਆਪ ਨਹੀਂ ਆਏ ਤੇ ਆਪ ਉੱਥੇ ਗੁਰੂ ਘਰ ਬੈਠੇ ਰਹੇ। ਉਹ ਕਹਿੰਦੇ ਪਰਵਾਨਾ ਜੀ ਨੇ ਕੌਲ ਦਿੱਤੀ ਮਾਹੌਲ ਖਰਾਬ ਹੋਇਆ, ਪਰਵਾਨੇ ਨੇ ਕੌਲ ਦਿੱਤੀ ਸੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੀ ਸਵੇਰੇ 9 ਵਜੇ ਦੀ। ਜੇ ਤਾਂ ਕੋਈ ਕਹਿੰਦਾ ਵੀ ਪਰਵਾਨੇ ਨੇ ਕਿਹਾ ਚਲੋ ਵੀ ਵੀਰਾਂ ਘੱਤ ਲਓ, ਫਿਰ ਤਾਂ ਪਰਵਾਨਾ ਦੇਣ ਦਾ ਰਹਿ ਗਿਆ ਵੀ ਮਾਹੌਲ ਖਰਾਬ ਹੋ ਗਿਆ। ਹਾਂ ਮਾਹੌਲ ਖਰਾਬ ਹੋਇਆ, ਠੀਕ ਹੈ, ਗੱਲ ਹੋ ਗਈ, ਖੜੇ ਅਸੀਂ ਭੱਜੇ ਤਾਂ ਨਹੀਂ, ਇੱਥੇ ਹੀ ਬੈਠੇ ਹਾਂ, ਪੁਲਿਸ ਆ ਕੇ ਫੜੇਗੀ ਕਰੇਗੀ ਸਾਨੂੰ ਫੜੇਗੀ, ਇੱਥੇ ਹੀ ਬੈਠੇ ਹਾਂ, ਕਿਤੇ ਗਏ ਤਾਂ ਨਹੀਂ ਅਸੀਂ। ਪਰਵਾਨੇ ਨੇ ਜਿਹੜੇ ਕੌਲ ਦਿੱਤੀ 9 ਵਜੇ ਦੀ ਗੁਰਦੁਆਰਾ ਦੁਖਨਿਵਾਰਨ ਸਾਹਿਬ ਦੀ ਦਿੱਤੀ ਆ, ਅਤੇ ਉੱਥੇ ਹੀ ਬੈਠੇ ਹਾਂ। ਇਹੀ ਵਚਨ ਕੀਤਾ ਸੀ SSP ਨਾਲ ਵੀ ਜੇ ਮਾਰਚ ਨਿਕਲੇਗਾ ਤਾਂ ਅਸੀਂ ਇੱਥੋਂ ਤੁਰਾਂਗੇ ਅਤੇ ਫਿਰ ਅਸੀਂ ਪਰਵਾਹ ਨਹੀਂ ਕਰਦੇ। ਜਦੋਂ SSP ਨੇ ਮਾਰਚ ਨਿਕਲਣ ਨਹੀਂ ਦਿੱਤਾ, SSP ਕਹਿੰਦਾ ਵੀ ਮੈਂ ਨਹੀਂ ਨਿਕਲਣੇ, ਮਤਲਬ ਵੀ ਸਾਡਾ ਫਰਜ਼ ਨਹੀਂ ਬਣਦਾ। ਸਵੇਰੇ 10 ਵਜੇ ਦਾ ਟਾਈਮ ਸੀ ਉਹਨਾਂ ਦਾ, ਅਤੇ 10:30 ਵਜੇ ਅਸੀਂ ਇੱਥੋਂ ਚੱਕ ਕੇ ਵੀਰਾਂ ਘੱਤ ਕੇ ਅਸੀਂ ਮੰਦਰ ਵਾਲੇ ਪਾਸੇ ਤੁਰ ਪਏ ਹਾਂ ਕਿ ਸਾਨੂੰ ਸਾਡਾ ਫਰਜ਼ ਨਹੀਂ ਬਣਦਾ ਪ੍ਰਸ਼ਾਸਨ। ਨਹੀਂ ਉਹ ਉਹਦੇ 'ਚ ਇੱਕ ਕਾਰਨ ਉਹਨਾਂ ਨੇ ਦਿੱਤਾ ਕਿ ਗੁਰਸੇਵਕ ਸਿੰਘ ਭਾਨਾ ਨਾਂ ਦਾ ਨੌਜਵਾਨ ਔਰ ਹੋਰ ਉਹਦੇ ਨਾਲ ਸਾਥੀ ਸ਼ਾਂਤਮਈ ਤਰੀਕੇ ਨਾਲ ਗੁਰੂ ਘਰ ਵੱਲ ਆ ਰਹੇ ਸੀ ਉੱਥੋਂ ਪੈਦਲ, ਉਹਨਾਂ 'ਤੇ ਪਹਿਲਾਂ ਹਮਲਾ ਹੋਇਆ ਤਾਂ ਕਰਕੇ ਫਿਰ ਨੌਜਵਾਨ ਉੱਧਰ ਨੂੰ ਭੱਜੇ। ਜਾਣਕਾਰੀ ਲਗਭਗ 1:30-2 ਵਜੇ ਆ ਸਿੰਘ ਸਾਡੇ ਕੋਲ, ਹੁਣ 3 ਵਜੇ ਕਿਹੜਾ ਸਿੰਘ ਆਏ ਕਿੱਥੇ ਵੀਰੋ, ਉਹਨੇ ਆ ਕੇ ਹੁਣ ਇਹ ਸਾਨੂੰ ਸਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ, ਸਾਨੂੰ ਇੰਨਾ ਪਤਾ ਲੱਗਾ ਸੀ ਭਾਈ ਭਾਣਾ ਨਾਲ ਸਟੇਜ 'ਤੇ ਜਾ ਕੇ ਜਿਹੜੀ ਆ ਸਟੇਜ ਉਹਦੀ ਖਿਲਾਰੀ ਆ ਉਹ ਉੱਥੋਂ ਭਜਾਏ ਨੇ, ਇਹ ਗੱਲ ਸਾਨੂੰ ਜਿਹੜੀ ਸੀ ਸੁਣਨ ਵਿੱਚ ਆਈ ਆ। ਬਾਕੀ ਵੱਡੇ ਵੀਰ ਗੱਲ ਇੱਦਾਂ ਹੈ, ਜਾਣ ਨੂੰ ਅਸੀਂ ਵੀ ਚਲੇ ਜਾਂਦੇ, ਹੁਣ ਵੀ ਚਲੇ ਜਾਵਾਂਗੇ, ਜਦੋਂ ਉੱਥੇ ਉਹ ਬੰਦੇ ਅੰਦਰ ਵੜੇ ਹੋਏ ਨੇ, ਟਾਕਰਾ ਤੁਹਾਡਾ ਪ੍ਰਸ਼ਾਸਨ ਨਾਲ ਹੋ ਰਿਹਾ, ਅਤੇ ਅਸੀਂ ਆਪਣੇ ਆਹ ਜਿਹੜੇ ਨੌਜਵਾਨ ਬੈਠੇ ਨੇ ਅਸੀਂ ਬਿਨਾਂ ਮਤਲਬ ਦੇ ਅੰਦਰ ਪਰਚੇ ਨਜਾਇਜ਼ ਇਹਨਾਂ 'ਤੇ ਕਿਉਂ ਕਰਵਾ ਦਈਏ, ਬਿਨਾਂ ਮਤਲਬ ਤੋਂ ਨਜਾਇਜ਼ ਪਰਚੇ ਪ੍ਰਸ਼ਾਸਨ ਵੱਲੋਂ, ਜਾਂ ਤਾਂ ਸ਼ਿਵ ਸੈਨਾ ਨੂੰ 2-4 ਕੋਈ ਸਾਡਾ ਜੰਗ ਯੁੱਧ ਹੁੰਦਾ ਫਿਰ ਸਾਡੇ ਸਾਨੂੰ ਸਕੂਨ ਵੀ ਮਿਲਦਾ ਵੀ ਚੱਲ ਚੈਨ ਵੀ ਆਇਆ ਸਾਨੂੰ ਵੀ ਚੱਲ ਠੀਕ ਆ, ਜਿਹੜੀ ਗੱਲ ਹੋ ਗਈ ਵੀ ਪਰਚੇ ਹੋਏ ਨੇ ਕਿਸੇ ਤਾਂ ਢੰਗ ਨਾ ਹੋਏ ਨੇ, ਅਤੇ ਅਸੀਂ ਹੁਣ ਪ੍ਰਸ਼ਾਸਨ ਨਾਲ ਲੜ ਕੇ ਪ੍ਰਸ਼ਾਸਨ ਨਾਲ ਜੰਗ ਕਰਕੇ ਅਤੇ ਅਸੀਂ ਆਪਣੇ 'ਤੇ ਪਰਚੇ ਪਵਾ ਲਈਏ। ਪ੍ਰਸ਼ਾਸਨ ਨੂੰ ਟਾਈਮ ਤਾਂ ਦਿੰਦੇ ਘੱਟੋ ਘੱਟ, ਪ੍ਰਸ਼ਾਸਨ ਨੂੰ ਥੋੜ੍ਹਾ ਟਾਈਮ ਤਾਂ ਦਿੰਦੇ, 10:30-11 ਵਜੇ 10:30 ਵਜੇ ਟਾਈਮ ਤਾਂ ਦਿੰਦੇ ਵੀ ਉਹ ਮਾਰਚ ਉਹਨਾਂ ਕੋਲ ਰੋਕਣ 'ਚ ਸਫਲ ਹੋਇਆ ਕਿ ਨਹੀਂ ਹੋਇਆ। ਜੇ ਉਹ ਸਫਲ ਹੁੰਦੇ ਨੇ ਤਾਂ ਆਪਾਂ ਜਿੱਦਾਂ ਮਰਜ਼ੀ ਵੀ ਰੰਗ ਦਿੰਦੇ, ਪਰ ਅਸਲ ਵਿੱਚ ਪੱਕੜ ਸਾਹਿਬ ਵਿੱਚ ਇਹ ਵੀ ਗੱਲ ਹੋ ਗਈ ਇਹਦੇ ਵਿੱਚ ਇਹ ਵੀ, ਕਿਉਂਕਿ ਜਦੋਂ ਇੱਥੇ ਆਇਆ ਬਹੁਤ ਗਿਣਤੀ ਬਾਹਰੋਂ ਹੀ ਮੁੜ ਗਈ, ਉਹਨਾਂ ਨੂੰ ਇਹ ਕਹਿ ਦਿੱਤਾ ਗਿਆ ਵੀ ਪਰਵਾਨਾ ਅਰੈਸਟ ਹੋ ਗਿਆ ਜੀ, ਪਰਵਾਨਾ ਅਰੈਸਟ ਹੋ ਗਿਆ। ਜਦੋਂ ਉਹਨਾਂ ਨੂੰ ਇਹ ਗੱਲ ਮਿਲ ਗਈ ਵੀ ਪਰਵਾਨਾ ਅਰੈਸਟ ਹੋ ਗਿਆ, ਤਾਂ ਉਹ ਆਪਣੇ ਆਪ ਮੁਹਾਰੇ ਕਰਕੇ ਜਿੱਦਾਂ ਜਿਹੜਾ ਦਿਲ ਕੀਤਾ, ਕੋਈ DC ਦਫ਼ਤਰ ਦੇ ਬਾਹਰ ਬੈਠੇ ਹੋਏ ਨੇ ਗੁਰਦੁਆਰੇ ਦੇ, ਕੋਈ ਬੱਸ ਅੱਡੇ ਵਾਲੇ ਚੌਂਕ 'ਤੇ ਬੈਠੇ ਨੇ, ਸੋ ਆਪ ਮੁਹਾਰੇ। ਹੁਣ 4-5 ਜਗ੍ਹਾ ਸਿੰਘ ਜਿਹੜੇ ਨੇ ਇਸ ਟਾਈਮ ਪਟਿਆਲੇ ਡਿਵਾਈਡ ਹੋਏ ਪਏ ਨੇ, ਅਸੀਂ ਇੱਥੇ ਤਾਂ ਬੈਠੇ ਹਾਂ, ਅਸੀਂ ਤਾਂ ਬੈਠੇ ਅੱਜ ਤੱਕ ਇੱਥੇ ਤਾਂ ਬੈਠੇ ਹਾਂ ਵੀ ਉਹ ਸਿੰਘ ਲੋਕਾਂ ਲੱਗਦਾ ਵੀ ਗਏ ਨਹੀਂ ਯਾਰ, ਰੀਜ਼ਨ ਤਾਂ ਸਮਝੋ ਕੀ ਆ। ਪਰ ਜਿਹੜੇ ਹੁਣ 2 ਸਿੰਘਾਂ ਦੇ ਗੋਲੀ ਲੱਗਣ ਦੀ ਖਬਰ ਹੈ, ਇੱਕ ਦੇ ਚੂਲੇ 'ਚ ਲੱਗੀ, ਇੱਕ ਦੇ ਛਰਾ ਲੱਗਿਆ, ਹੁਣ ਉਹਦੀ ਜ਼ਿੰਮੇਵਾਰੀ ਕਿਹਦੀ ਤੈਅ ਹੋਊਗੀ? ਜ਼ਿੰਮੇਵਾਰੀ ਜਿਹੜੀ ਆ, ਜੇ ਪ੍ਰਸ਼ਾਸਨ ਉੱਥੇ ਗਏ ਨੇ ਸਿੰਘ, ਜੋ ਵੀ ਜ਼ਿੰਮੇਵਾਰੀ ਹੈਗੀ ਆ, ਜੇ ਸਾਡੇ 'ਤੇ ਆ ਤਾਂ ਅਸੀਂ ਜ਼ਿੰਮੇਵਾਰੀ ਜਿਹੜੀ ਲਵਾਂ, ਵਜੇ ਜੇ ਕੌਲ ਕੀਤੀ ਆ ਬਤਾਈ ਆ, ਪਰ ਸਿੰਘਾਂ ਨੂੰ ਵੀ ਤਾਂ ਵਿਚਾਰਨਾ ਚਾਹੀਦਾ ਨਾ ਵੀ ਜੇ ਕੀਤੀ ਆ ਕੌਲ ਤਾਂ ਬਹਿ ਕੇ ਕੋਈ ਮਤਾ ਤਾਂ ਕਰੋ, ਕੋਈ ਵਿਚਾਰ ਟਾਂਦਰਾ ਤਾਂ ਕਰੋ, ਗੱਲਬਾਤ ਕੋਈ ਫੈਸਲਾ ਲੈਣ ਤੋਂ ਪਹਿਲਾਂ ਕਿਤੇ ਜਾਣ ਤੋਂ ਪਹਿਲਾਂ ਸੋਚੋ ਸੀ, ਸਮਝੋ ਸਹੀ। ਹੁਣ ਉੱਧਰ ਉੱਧਰ ਸਿੰਘ ਬੈਠੇ ਨੇ ਫੁਹਾਰੇ ਚੌਂਕ 'ਤੇ, ਹੁਣ ਸਾਨੂੰ ਕਹਿੰਦੇ ਤੁਸੀਂ ਇੱਧਰ ਆ ਜਾਓ ਉੱਧਰ ਆ ਜਾਓ, ਅਸੀਂ ਇੱਥੇ ਕਿਉਂ ਬੈਠੇ ਅਜੇ ਤੱਕ? ਅਸੀਂ ਤਾਂ ਬੈਠੇ ਹਾਂ ਵੀ ਅਜੇ ਤੱਕ ਬੰਦਾਂ ਦੀ ਹੁਣ ਤੱਕ ਕੌਲ ਹੈ, ਅਸੀਂ ਮਾਰਚ ਕੱਢਣਾ, ਆ ਹੁਣ ਵੀ ਉਹ 5 ਵਜੇ ਦੀ ਕੌਲ ਦਿੰਦੇ ਪਏ ਨੇ, ਇਕੱਠ ਹੋ ਜੇ ਇਕੱਠ ਹੋ ਜੇ, ਹੁਣ ਇੱਕੋ ਜਗ੍ਹਾ ਅਸੀਂ ਇਕੱਠੇ ਹੋ ਜਾਈਏ ਅਤੇ ਪੁਲਿਸ ਨੂੰ ਰੋਕਣਾ ਸੌਖਾ, ਸਾਨੂੰ ਕੁਝ ਸੌਖਾ ਸੌਖਾ ਨਾ? ਅਤੇ ਜੇ ਹੁਣ ਇੱਕ ਸਿੰਘ ਫੁਹਾਰਾ ਚੌਂਕ ਬੈਠਾ, ਉਹ ਕਿਤੇ ਬੈਠਾ, ਅਸੀਂ ਇੱਥੇ ਬੈਠੇ ਹਾਂ, ਉਹ ਗੱਲਬਾਤ ਹੁੰਦੀ ਅਸੀਂ ਜਾ ਵੜਾਂਗੇ ਉੱਥੇ ਜਿੱਥੇ ਮਾਰਚ ਕੱਢਣਗੇ, ਅਸੀਂ ਉੱਥੇ ਜਾ ਵੜਾਂਗੇ। ਪਰ ਉਹ ਕਹਿੰਦੇ ਅਸੀਂ ਇਨਸਾਫ਼ ਵਾਸਤੇ ਬੈਠੇ ਹਾਂ, ਹੁਣ ਜਿਨ੍ਹਾਂ ਨੇ ਗੋਲੀ ਚਲਾਈ ਹੈ ਬਾਏ ਨੇਮ ਪਰਚਾ ਦਰਜ ਕਰੇ ਪੁਲਿਸ, ਇਸ ਕਰਕੇ ਅਸੀਂ ਮੋਰਚਾ ਲਾਇਆ। ਅਸੀਂ ਮੋਰਚਾ ਲੱਗਣਾ ਚਾਹੀਦਾ, ਚੰਗੀ ਗੱਲ ਹੈ, ਅਸੀਂ ਉਸ ਮੋਰਚੇ ਦੇ ਹੱਕ ਵਿੱਚ ਜਾਵਾਂਗੇ, ਅਸੀਂ ਉੱਥੇ ਆ ਹੁਣ ਸਿੰਘ ਜਾ ਕੇ ਆਏ ਨੇ ਉੱਥੇ, ਮੈਂ ਵੀ ਠੀਕ ਆ, ਆਪਾਂ ਕੁਝ ਸਮਾਂ ਇੱਥੇ ਬਤੀਤ ਕਰ ਲਈਏ, ਇੱਥੇ ਬਤੀਤ ਕਰਨ ਤੋਂ ਬਾਅਦ ਫਿਰ ਆਪਾਂ ਜਾ ਕੇ। ਤੁਸੀਂ 5 ਵਜੇ ਦੀ ਉਡੀਕ ਕਰ ਰਹੇ ਹੋ, ਜਿਹੜੀ ਪੰਡਿਤ ਗੱਗੀ ਹੋਣਾ ਨੇ ਕਾਲ ਦਿੱਤੀ ਹੈ ਕਿ 5 ਵਜੇ ਉਹੀ ਉਡੀਕ ਕਰ ਰਹੇ ਹਾਂ ਜੀ,
किसी भी चंगे सनातन कोई लड़ाई जे सरकार इदा के गंदे बंद रेस्ट कर लिया ना पोषण का रोग ना सिखा ये प्रशासन की जिम्मेवारी बन गई जिस दिन परमाता जी ने उन्होंने मंग पत्र दिता इन्ना कुछ नहीं होना सी असी सत्कार करते हैं मंदिर सारे धर्मां का असी सत्कार सिख सारे धर्मां का सत्कार करते जे उत्थे किसी सिख ने वधाई भी की है तो असी हाथ जोड़ के माफी वड्डी गल जे किसी ने उन्होंने धर्म के खिलाफ साडे किसी सिख ने बोलिया उसकी भी माफी मांगो पर उन्होंने भी सोचना चाहिए ना भी धार्मिक आड़ के वो अपने मंदिरों के जाते काम क्यों करते हैं जे तो जे नौबत भी आई है जो सिंह वाड़े ने मंदिर के गया तो नौबत ता ही आई है हालांकि मंदिर के अंदर कोई नहीं गया ये भी एक गल है मंदिर के अंदर कोई भी सिंह नहीं गया पर एक सवाल ये अज जिहड़े वो जत्थेबंदी के प्रमुख ने उन्होंने साडे चैनल पर भी इंटरव्यू के परवाना जी ये कहा कि यह राष्ट्र विरोधी अंसर ने और जिहड़े अज इकट्ठे हुए है जिहड़े सानू मार्च नहीं करन दे रहे ये देश विरोधी ने तो तुसीं इहनू उस पक्ष तो कॉन्स्टीट्यूशनली किवें देखदे हो तुहाडे राइट्स तुहाडे मुताबक की ने लंगर ला दी उदो असीं चंगे आ जदों असीं हक की गल करिए फिर देश विरोधी आ मकर साहब गल इदां कि जिन्हें भी शिवसेना वाले ने इन्हां दी हिस्ट्री कढ के वेख लो ते साडी हिस्ट्री कढ के वेख लो सानूं भी देश विरोधी कहिंदे ने ना इह जे देश हितैषी ने इन्हां दे उपर समगलिंग दे परचे ने इन्हों उपर देह व्यापार के परचे ने इन्हों उपर चोरिया के परचे ने इन्हों उपर अफीमों के परचे ने इन्हों के उपर दुकाना के कब्जे के परचे ने इन्हों उपर होर अवैध परचे ने आ खालिस्तान का नाम लैके ये जड़े ने अपन सिक्योरिटियां लेंदे ने ते साडे ते भी परचे ने पर साडे ते कोई परचा दिखा दे भी किसी की जमीन दबी दा जिहड़ी देश द्रोही आ साडे ते परचा कोई नशा तस्करी दा जां साडे ते परचा कोई देह व्यापार दा जां साडे ते परचा कोई कोई ये है भी असी आ हिंदू धर्म को माड़ा बोल के जां सनातनी धर्म को माड़ा बोल के असी सिक्योरिटी लै रहे हैं इस करके खालिस्तान शब्द की गल करिए सानू साडा संविधान हक दिंदा सानू साडा संविधान हक दिंदा भी असी खालिस्तान शब्द जिहड़ा असी बोल सकते हैं साडा हक है साडा राइट है सो इस करके खिलाफ रोस है खिलाफ मतलब फिर असीं गुनाह कीता भी 29 तरीक नूं आप इत्थे आके भी लोकां नूं कह के भी अपने पंथ की गल है कौम की गल है चलो श्रोमणी अकाली दल अमृतसर असी कोई खिलाफ पोस्ट नहीं पाई पर जो असी एस एस पी को जाके उस तो बाद डीसी को गए पहला तो नहीं ना गए उस तो बाद डीसी साहब को गए तो उन्होंने उस तो बाद प्रोग्राम लिखा जबकि प्रोग्राम तो पहला लिखा गया फिर एक पोस्ट पैंदी आ भी साडा प्रोग्राम तो डीसी दफ्तर के बाहर आ एक होर जथेबंदी ने प्रोग्राम दिता है मतलब वो साडी सोच नहीं हैगी उन्हां दी सोच है वक्खरा तो सानू उन्होंने किया असी वक्रे तो नहीं होए साडे तो वड्डे ने साडे तो बजुर्ग ने असी उन्हां कोलों हमेशा कुछ ना कुछ सीखना है तो सीखते रहांगे साडी तो यह सोच है पर असी तो कोई पोस्ट नहीं ना पाई असी तो कोई इदां दा प्रचार नहीं ना किया असी तो कोई वक्री लाइन नहीं ना खिंची भी असी इस पासे जाणा है हुण तुसीं कह रहे हो भी संगत जी विरोध कर विरोध च है तो बकड़ साहब जी विरोध में तो फिर असी क्यों तुरे फिर फिर जो विरोध ही करवाना असी इकट्ठे हो गए असी मतलब सिर च सवाह ही पाने फिर तुरे कहते फिरते हैं फिर ठीक है फिर जी लगता भी आ नौजवान भी खड़े ने सवेर के उत्ते बैठे जी उन्होंने लगता भी दस दो कोई नहीं भी अस घर जाके बह जाने कोई गल नहीं रोस रोस किसी गल नहीं दुख दुख किसी गल का नहीं सानू ये आ नौजवान जिन्हें आ बई खड़ा भाई की कहना चाहोगे सवेर लैके हूँ तक आप किस पोजिशन बैठे ਇੱਥੇ ਬਹੁਤ ਸਾਰੀਆਂ ਇੱਥੇ ਮਤਲਬ ਸਾਡੇ ਕੋਲੇ ਬੰਦੇ ਆਏ ਉਹਨਾਂ ਨੇ ਕਿਹਾ ਜੀ ਇੱਥੇ ਗੋਲੀ ਚੱਲ ਗਈ ਇੱਥੇ ਆਹ ਘਟਨਾ ਹੋ ਗਈ ਆਹ ਹੋ ਗਿਆ ਉਹ ਹੋ ਗਿਆ ਫਿਰ ਅਸੀਂ ਤਕਰੀਬਨ 2 ਵਜੇ ਦੇ ਕਰੀਬ
फिर असी 10 जने ना 2:30 बजे के करीब 10 जने ना जथा साडा पैदल फुहारा चौंक गया। उत्थे जाके असी हालात देखे खुद उत्थे जिहड़े भाई बख्शी सिंह जी है नहीं सीगे ते असी उत्थे जिहड़े उत्थे आगू सीगे उहनां नाल गलबात कीती। जिन्नियां साडे कोल घटनावां आईयां सीगियां ते जिन्ने लोग दसण आए सीगे उह सच सी। फिर असी किते ना किते जाके जिहड़े 10 सिंह सी असी जाके इह आपणे मन दे विच विचार बनाया ਵੀ ਭਾਈ ਸਾਹਿਬ ਨਾਲ ਵੀ ਇਹ ਗੱਲ ਬਾਤ ਕੀਤੀ। ਭਾਈ ਸਾਹਿਬ ਨੇ ਸਾਨੂੰ ਕੋਈ ਪੂਰੀ ਜਾਣਕਾਰੀ ਨਹੀਂ ਜਦੋਂ ਸਵੇਰ ਦੀ ਸਾਨੂੰ ਇਹਨਾਂ ਨੂੰ ਜਾਣਕਾਰੀ ਨਹੀਂ ਸੀ। ਇਹਨਾਂ ਨੇ ਸਾਨੂੰ ਦੱਸਿਆ ਵੀ ਇਦਾਂ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਇਹਨਾਂ ਤੋਂ ਬਾਅਦ ਪੋਸਟ ਜਿਹੜੀ ਪਾਈ ਆ ਵੀ ਸਾਨੂੰ ਉਸ ਚੀਜ਼ ਦਾ ਰੋਸ ਆ ਤੇ ਅਸੀਂ ਜਿਹੜਾ 10 ਜਣਿਆਂ ਦਾ ਜਥਾ ਸਾਡਾ ਉੱਥੇ ਗਿਆ ਸੀ ਅਸੀਂ ਇਸ ਮਨ 'ਚ ਇਹ ਭਾਵਨਾ ਲੈ ਕੇ ਗਏ ਸੀ ਵੀ ਸਾਡੀ ਜਿਹੜੀ ਸਿੱਖ ਕੌਮ ਦੇ ਆਗੂ ਆ ਉਹ ਇਕਜੁੱਟ ਹੋਣ ਤੇ ਤਾਂ ਕਿ ਜਿਹੜਾ ਸਾਡੇ ਵਿੱਚ ਦੋ ਫਾੜ ਨਾ ਪਵੇ। ਸਾਡੀ ਸਿੱਖ ਕੌਮ ਬਹੁਤ ਸਮੇਂ ਲੰਮੇ ਸਮੇਂ ਤੋਂ ਇਸ ਚੀਜ਼ ਨੂੰ ਝੱਲਦੀ ਆਈ ਆ ਵੀ ਜਿਹੜੇ ਦੋ ਫਾੜ ਦਾ ਸਾਡਾ ਜਿਹੜਾ ਫਾਇਦਾ ਇਹ ਜਿਹੜੀਆਂ ਦੂਜੀਆਂ ਕਮਿਊਨਿਟੀਆਂ ਜਾਂ ਪ੍ਰਸ਼ਾਸਨ ਆ ਇਹ ਫਾਇਦਾ ਚੱਕਦਾ। ਸੋ ਅਸੀਂ ਹੁਣ ਵੀ ਬੇਨਤੀ ਕਰਦੇ ਹਾਂ ਪਰਵਾਨਾ ਭਾਈ ਸਾਹਿਬ ਜੀ ਨੇ ਸਾਨੂੰ ਮਤਲਬ ਟਾਈਮ ਦਿੱਤਾ ਸੀ ਤੁਹਾਡੀ ਗੱਲ ਦਾ ਕੋਈ ਰਿਪਲਾਈ ਤੁਸੀਂ ਮੈਨੂੰ ਜਿਹੜਾ ਬਚਨਗੇ ਤਾਂ ਉਹ ਗੱਲ ਕੋ ਵੀ ਤੁਸੀਂ ਆ ਕੇ ਦੱਸਿਆ ਮੈਨੂੰ ਜੀ ਜੀ ਤੇ ਫਿਰ ਕੀ ਬਚਨ ਹੋਇਆ ਆਪਣਾ ਭਾਈ ਸਾਹਿਬ ਦਾ ਇਹੀ ਭਾਈ ਸਾਹਿਬ ਦਾ ਵਚਨ ਇਹੀ ਸੀਗਾ ਬਈ ਅਸੀਂ ਤੁਹਾਡੇ ਨਾਲ ਆ ਅਸੀਂ ਮਾਰਚ ਨੂੰ ਰੋਕਣਾ ਸਾਡੀ ਮਤਲਬ ਪੁਲਿਸ ਪ੍ਰਸ਼ਾਸਨ ਨਾਲ ਇਹਨਾਂ ਦੀ ਇਹ ਗੱਲਬਾਤ ਹੋਈ ਸੀ ਵੀ ਅਸੀਂ ਮਾਰਚ ਨੂੰ ਰੋਕਣਾ ਜੇ ਮਾਰਚ ਨਹੀਂ ਰੁਕੂਗਾ ਜਾਂ ਉਹ ਵਾਅਦਾ ਕਰਨਗੇ ਤਾਂ ਆਪਾਂ ਇੱਥੋਂ ਚੱਲਾਂਗੇ। ਪਰ ਆਮ ਸੰਗਤ ਦਾ ਜਿੱਥੇ ਤੱਕ ਇਹਨਾਂ ਦਾ ਕਹਿਣਾ ਇਹ ਆਪਣੀ ਜਗ੍ਹਾ 'ਤੇ ਜਾਈ ਨੇ ਜਿਵੇਂ ਆਮ ਸਿੱਖ ਸੰਗਤ ਦਾ ਇਹ ਕਹਿਣਾ ਵਾ ਕਿ ਸਾਡੇ ਜਿਹੜੇ ਆਗੂ ਨੇ ਸਿੱਖ ਆਗੂ ਨੇ ਇਹ ਇਕੱਠੇ ਹੋ ਕੇ ਤੁਰਨ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸਿੱਖ ਨੌਜਵਾਨ ਇੰਨੇ ਕੁ ਤਿਆਰ ਪਰ ਤਿਆਰ ਬੈਠੇ ਨੇ ਜਿਹੜੇ ਇਹਨਾਂ ਦੇ ਪਿੱਛੇ ਲੱਗ ਕੇ ਤੁਰਨ ਨੂੰ ਤਿਆਰ ਨੇ ਅਤੇ ਸਾਡੀ ਇਹੀ ਮਤਲਬ ਸਾਡੇ ਆਗੂਆਂ ਨੂੰ ਭਾਈ ਬਖਸ਼ੀ ਸਿੰਘ ਜੀ ਨੂੰ ਸਿਮਰਜੀਤ ਸਿੰਘ ਜੀ ਮਾਨ ਜੀ ਨੂੰ ਪਰਵਾਨਾ ਭਾਈ ਸਾਹਿਬ ਜੀ ਨੂੰ ਇਹ ਹੱਥ ਜੋੜ ਕੇ ਬੇਨਤੀ ਆ ਵੀ ਤੁਸੀਂ ਇਕੱਠੇ ਹੋਵੋ ਸੰਗਤ ਤੁਹਾਡੇ ਕਰੇ ਤੁਹਾਨੂੰ ਪਿੱਠ ਨਹੀਂ ਦਿਖਾਊਗੀ। ਜਿੱਥੇ ਤੁਸੀਂ ਕਾਲ ਦਿਓਗੇ ਜਿੱਥੇ ਤੁਸੀਂ ਸੱਦੋਗੇ ਅਸੀਂ ਆਉਣ ਨੂੰ ਤਿਆਰ ਹਾਂ। ਪਰ ਆਪਾਂ ਇੱਕ ਭਾਈਚਾਰੇ ਦੀ ਗੱਲ ਕਰੀਏ ਚਾਹੇ ਹਿੰਦੂ ਭਾਈਚਾਰਾ ਵੀ ਆ ਅਸੀਂ ਉਹਨਾਂ ਨੂੰ ਵੀ ਕਹਿਣਾ ਚਾਹੁੰਦੇ ਹਾਂ ਸ਼ਿਵ ਸੈਨਾ ਨੂੰ ਵੀ ਕਹਿਣਾ ਚਾਹੁੰਦੇ ਹਾਂ ਤੁਸੀਂ ਸ਼ਿਵ ਸੈਨਾ ਜਿੱਥੇ ਸ਼ਿਵ ਲੱਗਦਾ ਨਾ ਅਤੇ ਤੁਸੀਂ ਉਹਦਾ ਮਾਣ ਰੱਖੋ ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਮਾਣ ਰੱਖਣ ਦਿਓ। ਕੋਈ ਵੀ ਇੱਦਾਂ ਦੇ ਭੜਕਾਊ ਬਿਆਨ ਨਾ ਦਿਓ ਕਦੇ ਵੀ ਕੋਈ ਜਿੰਦਾ ਮੁਰਦਾ ਬਾਅਦ ਇਹ ਚੀਜ਼ਾਂ ਨੂੰ ਨਾ ਅੱਗੇ ਲੈ ਕੇ ਆਓ। ਇਹਦੇ ਵਿੱਚ ਸਾਰਿਆਂ ਦਾ ਨੁਕਸਾਨ ਆ ਦੇਸ਼ ਦਾ ਵੀ ਨੁਕਸਾਨ ਆ ਪੁਲਿਸ ਦਾ ਵੀ ਨੁਕਸਾਨ ਆ ਟਾਈਮ ਦਾ ਨੁਕਸਾਨ ਆ ਸਿੱਖ ਕਮਿਊਨਿਟੀ ਦਾ ਵੀ ਨੁਕਸਾਨ ਆ ਅਤੇ ਹਿੰਦੂ ਕਮਿਊਨਿਟੀ ਦਾ ਵੀ। ਅਸੀਂ ਕਹਿੰਦੇ ਹਾਂ ਵੀ ਸਾਡੇ ਦੇਸ਼ ਦਾ ਵੀ ਕੋਈ ਨੁਕਸਾਨ ਨਾ ਹੋਵੇ ਅਸੀਂ ਇਹ ਚੀਜ਼ਾਂ ਲੈ ਕੇ ਚੱਲਦੇ ਹਾਂ। ਜਿੰਨਾ ਵੀ ਯੂਥ ਹੈ ਇੱਥੇ ਇਕੱਠਾ ਹੋਇਆ ਕੋਈ ਅਸੀਂ ਸਾਡੇ ਤੁਸੀਂ ਹੱਥਾਂ ਦੇ ਵਿੱਚ ਕਿਤਾਬਾਂ ਸਾਡੇ ਨਵੇਂ ਨੌਜਵਾਨਾਂ ਦੇ ਹੱਥਾਂ 'ਚ ਕਿਤਾਬਾਂ ਦੇਖਣੀਆਂ ਚਾਹੁੰਦੇ ਹੋ ਕਿ ਤੁਸੀਂ ਹਥਿਆਰ ਦੇਖਣੇ ਚਾਹੁੰਦੇ ਹੋ ਇਹੀ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਚਾਹੁੰਦੇ ਹਾਂ ਮੌਜੂਦਾ ਸਰਕਾਰ ਨੂੰ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਇਹਨਾਂ ਚੀਜ਼ਾਂ ਨੂੰ ਜਿਹੜੇ ਇੱਦਾਂ ਦੇ ਮਾੜੇ ਸ਼ਰਾਰਤੀ ਅਨਸਰ ਨੇ ਉਹਨਾਂ ਦੇ ਵੀ ਠੱਲ ਪਾਈ ਜਾਵੇ ਉਹਨਾਂ ਨੂੰ ਵੀ ਰੋਕਿਆ ਜਾਵੇ ਜਿਹੜੇ ਇੱਦਾਂ ਦੇ ਮਾਰਚਾਂ ਨੂੰ ਬੜਾਵਾ ਦਿੰਦੇ ਆ ਅਤੇ ਉਹਨਾਂ ਦੇ ਵੀ ਇਸ ਚੀਜ਼ ਦੀ ਠੱਲ ਪਾਈ ਜਾਵੇ ਅਤੇ ਸਾਡੀ ਸਿੱਖ ਕੌਮ ਨੂੰ ਫਿਰ ਤੋਂ ਹੱਥ ਜੋੜ ਕੇ ਬੇਨਤੀ ਆ ਵੀ ਜਿਹੜੇ ਵੱਖੋ ਵੱਖ ਅੱਜ ਭਾਈ ਸਾਹਿਬ ਜੀ ਨੇ ਕੌਲ ਦਿੱਤੀ ਸੀ ਇੱਕ ਗੁਰਦੁਆਰਾ ਸਾਹਿਬ ਇਕੱਠਾ ਹੋਣ ਦੀ ਕੁਛ ਅਲੱਗ ਇੱਥੇ ਤਿੰਨ ਧੜੇ ਬਣ ਗਏ ਇੱਥੇ ਤਿੰਨ ਧੜੇ ਬਣ ਗਏ ਜਦਕਿ ਇੱਕ ਜਗ੍ਹਾ ਤੇ ਇਕੱਠੇ ਹੁੰਦੇ ਤਾਂ ਜਿਹੜਾ ਅੱਜ ਇੰਨਾ ਵੱਡਾ ਨੁਕਸਾਨ ਹੋਇਆ ਇਹ ਨੁਕਸਾਨ ਨਹੀਂ ਹੋਣਾ ਸੀਗਾ। ਇਸ ਨੁਕਸਾਨ ਤੋਂ ਆਪਾਂ ਬਚ ਸਕਦੇ ਸੀਗੇ। ਇਸ ਨੁਕਸਾਨ ਤੋਂ ਜਿਹੜਾ ਕੋਈ ਆ ਨੌਜਵਾਨਾਂ ਦੇ ਦੋ ਗੋਲੀਆਂ ਲੱਗੀਆਂ ਇਹ ਵੀ ਇਹਦਾ ਵੀ ਬਚਾਅ ਹੋ ਜਾਣਾ ਸੀ ਜੇ ਕੋਈ ਇੱਦਾਂ ਨਾ ਹੁੰਦਾ। ਇੱਕ ਇੱਕ ਆਪਾਂ ਦੂਜੀ ਦੀਵਾਰ ਦੇ ਅੱਗੇ ਆਪਾਂ ਛੱਤ ਥੱਲੇ ਇਕੱਠੇ ਹੁੰਦੇ ਇਹੀ ਕਹਿਣਾ ਵਾ। ਬਾਕੀ ਜਿੱਦਾਂ ਹੁਣ ਇੱਦਾਂ ਜੀ ਇਹਦਾ ਸਦੀਆਂ ਤੋਂ ਲੰਮਾ ਚੱਲਦਾ ਆਇਆ ਪ੍ਰੋਗਰਾਮ ਪਰ ਹੁਣ ਅੱਜ ਸਾਡੀ ਬੇਨਤੀ ਇਹੀ ਆ ਅਸੀਂ ਦੁਕਾਨਦਾਰ ਸਾਡੇ ਨਾਲ 10 ਕਰਨਾਲ ਤੋਂ ਆਏ ਹੋ ਇਹ ਵੀਰ ਕਰਨਾਲ ਤੋਂ ਆਏ ਮਾਤਾ ਤੁਸੀਂ ਕਿੱਥੋਂ ਆਏ ਹੋ ਇੱਥੇ ਬੈਠੇ ਆ ਸਵੇਰ ਦੇ ਇਹੀ ਬਨ ਬਨ ਕੇ ਬੈਠੇ ਵੀ ਆਪਾਂ ਇੱਕ ਵਾਰੀ ਸਬਰ ਨਾਲ ਬੈਠੋ ਮਾਤਾ ਜੀ ਕਿੱਥੋਂ ਆਏ ਹੋ ਮਾਤਾ ਤੁਸੀਂ ਝਬਾਲ ਤੋਂ ਆਏ ਹੋ ਤੁਹਾਨੂੰ ਕਿਹਨੇ ਦੱਸਿਆ ਸੀ ਇੱਥੋਂ ਦਾ ਅੱਜ ਵੀ ਇਕੱਲੇ ਆਏ ਹੋ ਤੁਸੀਂ ਸਵੇਰੇ ਅੱਜ ਸਵੇਰੇ ਤੁਰੇ ਸੀ ਅੱਛਾ ਗੁਰੂ ਗੋਬਿੰਦ ਸਿੰਘ ਦੇ ਨਾਲ
बहुत वड्डी जिम्मेदारी है। देखो कित्थों कित्थों संगत आई है, हुण तुसीं कदों तक इत्थे बैठे हो और थोड़ी हुण कॉल की है? शांतिपूर्वक चलते हैं, 5 बजे पहुंचांगे उसे जो रोस आह के आराम की गलबात उन्होंने रोस है जी जी उन्हों की गलबात सुन के, क्योंकि किसी भी सिंह के दिल के कोई गलत गल ना जाए कि हाँ वो सा आप इसे चीज़ का नुकसान भुगत रहे हैं बहुत लंबे समय तो कि साढ़े